ਗਾਈਜ਼, ਵੈਲਕਮ ਬੈਕ ਟੂ ਅਵਰ ਚੈਨਲ ਵੰਸ ਅਗੇਨ। ਅੱਜ ਅਸੀਂ ਗਾਈਜ਼ ਆਏ ਹਾਂ ਡਬਲ ਏ 'ਤੇ, ਜਿਵੇਂ ਤੁਹਾਨੂੰ ਪਿੱਛੇ ਲੱਭ ਰਿਹਾ ਹੋਊਗਾ ਕਿ IRD ਅਪਲਾਈ ਕਿਵੇਂ ਕੀਤਾ ਜਾਏ। ਬਹੁਤ ਹੀ ਡਿਮਾਂਡਸ ਆਈਆਂ ਸੀਗੀਆਂ ਕਿ IRD ਅਪਲਾਈ ਕਿੱਦਾਂ ਕੀਤਾ ਜਾਏ। ਇਹ ਵੀ ਜਿੱਦਾਂ ਅਪਲਾਈ ਕਰਨ ਆਏ ਹਾਂ, ਡਾਕੂਮੈਂਟ ਅਸੀਂ ਚੱਕ ਲੈਣੇ ਅਤੇ ਅੱਗੇ ਤੁਹਾਨੂੰ ਦੱਸਾਂਗੇ ਕੀ ਡਾਕੂਮੈਂਟ ਰਿਕੁਆਇਰਡ ਹੈ ਵਾਈਲ ਫਿਲਿੰਗ ਦਾ ਫੋਮ, ਦੈਨ ਅਸੀਂ ਸਬਮਿਟ ਕਰਾ ਦਾਂਗੇ। ਅਤੇ ਇੱਕ ਵੀਕ ਲੱਗਦਾ ਕਿੰਨੇ? ਆਈ ਥਿੰਕ 24 ਘੰਟੇ ਦੇ ਵਿੱਚ, ਜੇ ਆਪਾਂ JAA ਤੋਂ ਗਾਈਜ਼, ਆਪਾਂ ਪੋਸਟ ਆਫਿਸ ਤੋਂ ਕਰੀਏ ਫਿਰ ਸਾਨੂੰ ਲੱਗੂਗਾ ਇੱਕ ਵੀਕ। ਜੇ AA ਤੋਂ ਕਰੀਏ, AA 'ਤੇ ਲਾਇਸੈਂਸ ਵਗੈਰਾ ਵੀ ਬਣਦੇ ਨੇ, ਨੰਬਰ ਪਲੇਟਸ ਦੀ ਰਜਿਸਟ੍ਰੇਸ਼ਨ ਵੀ ਹੁੰਦੀ ਆ। ਅਤੇ ਅਗਰ ਇਹਦੇ ਤੋਂ ਅਪਲਾਈ ਕਰਾਂਗੇ ਦੈਨ ਸਾਨੂੰ ਇੱਕ 24 ਜਾਂ 48 ਆਵਰਸ ਦੇ ਵਿੱਚ ਸਾਨੂੰ IRD ਮੇਲ 'ਤੇ ਆ ਜਾਏਗਾ ਅਤੇ ਟੈਕਸਟ ਵੀ ਆ ਜਾਏਗਾ। ਦੈਨ ਅਗਰ ਅਸੀਂ ਪੇਪਰ ਪਲੱਸ ਇੱਥੇ ਕਰਕੇ ਇੱਥੇ ਹੈ ਪੋਸਟ ਆਫਿਸ, ਦੈਨ ਉੱਥੋਂ ਅਪਲਾਈ ਕਰਾਂਗੇ ਅਤੇ ਇੱਕ ਵੀਕ ਦੇ ਅੰਦਰ ਆ ਜਾਂਦਾ। ਅਤੇ ਮੈਂ ਉੱਥੋਂ ਅਪਲਾਈ ਕੀਤਾ ਸੀਗਾ ਅਤੇ ਮੇਰਾ 5 ਡੇਜ਼ ਦੇ ਵਿੱਚ ਆਇਆ ਸੀਗਾ ਮੇਲ 'ਤੇ, ਅਤੇ ਟੈਕਸਟ ਵੀ ਆਉਂਦਾ ਆ। ਸੋ ਗਾਈਜ਼ ਹੁਣ ਤੁਹਾਨੂੰ ਫੋਮ ਫਿਲ ਕਰਦੇ ਦਿਖਾਉਂਦੇ ਹਾਂ। ਇਹਦੇ ਕਰਕੇ IRD ਨੰਬਰ ਐਪਲੀਕੇਸ਼ਨ ਔਰ ਰੈਜ਼ੀਡੈਂਟ ਆਫਸ਼ੋਰ ਨੋਨ ਰੈਜ਼ੀਡੈਂਸ ਆ ਚੁਣਨਾ, ਕਿਉਂਕਿ ਆਪਾਂ ਠੀਕ ਹੈ ਜੀ ਨੂੰ ਇੱਥੇ 2 ਪਏ ਦੇ ਨੇ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜਾਂ ਨੋਨ ਰੈਜ਼ੀਡੈਂਟ। ਸੋ ਗਾਈਜ਼ ਹੁਣ ਅਸੀਂ ਬਣਾਵਾਂਗੇ ਇਹਦੀ ਵੀਡੀਓ, ਤੁਹਾਨੂੰ ਦਿਖਾਵਾਂਗੇ ਇਹ ਸਾਰਾ ਫੋਮ ਡੈਕਲੇਰੇਸ਼ਨ ਵਗੈਰਾ ਹੀ ਆ। ਹਾਂ, ਪਹਿਲੇ ਨੰਬਰ 'ਤੇ ਆ ਜਿਵੇਂ ਕਿ ਸਾਰਾ ਕੁਛ ਵਿੱਚ ਵਿੱਚ ਪੜ੍ਹ ਕੇ ਸੀ। ਸੋ ਹੁਣ ਭਾਅ ਜੀ ਭਰਨਗੇ। ਭਾਅ ਜੀ ਇਹਦੇ ਲਈ ਗਾਈਜ਼ ਡਾਕੂਮੈਂਟ ਚਾਹੀਦੇ ਹੁੰਦੇ ਨੇ, ਪਾਸਪੋਰਟ ਅਤੇ ਹੋਰ ਕੀ ਚਾਹੀਦਾ ਭਾਅ ਜੀ? ਵੀਜ਼ਾ, ਈ ਵੀਜ਼ਾ, ਐਡਰੈਸ ਪਰੂਫ ਅਤੇ ਐਡਰੈਸ ਪਰੂਫ ਅਤੇ ਐਡਰੈਸ ਪਰੂਫ ਤਾਂ ਚਲੋ ਬੈਂਕ ਦੀ ਸਟੇਟਮੈਂਟ 'ਤੇ ਹੀ ਹੋਣਾ, ਬੈਂਕ ਦਾ ਅਕਾਊਂਟ ਖੁਲਵਾ ਕੇ ਉਹਦੀ ਸਟੇਟਮੈਂਟ ਟਿਕਟ ਨਿਕਲਵਾਉਣੀ ਹੈ ਅਤੇ ਕੁਝ ਵਿਦਡਰੋਅ ਕਰਾ ਲੈਣਾ ਪੈਸੇ ਕਿ ਸਟੇਟਮੈਂਟ ਸਾਨੂੰ ਮਿਲਦੀ। ਚਲੋ ਭਾਅ ਜੀ ਹੁਣ ਲਿਖੋ, ਲੀਵ ਕਰੋ ਠੀਕ ਹੈ। ਬੱਚੇ ਵਾਸਤੇ ਇੱਥੇ ਲਿਖਿਆ ਸੀਗਾ ਅਤੇ ਅਸੀਂ ਬੱਚੇ ਦਾ ਨਹੀਂ ਅਪਲਾਈ ਕਰਨਾ, ਸਟੇਟ ਦਾ ਕਰਨਾ। ਆਈਡੈਂਟੀ ਫਸਟ ਨੇਮ ਲਿਖੋ ਭਾਅ ਜੀ ਇੱਥੇ ਆਪਣਾ। ਇੱਕ ਮਿੰਟ ਮਿੰਟ ਆਪਣਾ ਨਾ ਜੋ ਵੀ ਲਿਖਣਾ ਨਾ ਤੁਸੀਂ ਪਾਸਪੋਰਟ ਅੱਗੇ ਰੱਖ ਕੇ ਲਿਖਣਾ, ਗਲਤੀ ਦਾ ਕੋਈ ਚਾਂਸ ਨਾ ਹੋਵੇ। ਰਾਈਟ, ਜਿੱਦਾਂ ਵੀ ਇੱਥੇ ਲਿਖਿਆ ਨਾ ਤੁਹਾਡਾ ਫੈਮਿਲੀ ਨੇਮ ਇੱਥੇ ਨਹੀਂ ਹੈਗਾ, ਜਿੱਦਾਂ ਭਾਅ ਜੀ ਤੁਹਾਨੂੰ ਸ਼ੋਅ ਨਹੀਂ ਕੀਤਾ। ਲਾਸਟ ਓਵਰ ਸਵਾਈਜ਼ ਵੀਰ ਜੀ ਭਰਨ ਲੱਗੇ ਨੇ ਆਪਣਾ ਨੇਮ ਐਜ ਪਰ ਮੇਜਰ ਡਾਕੂਮੈਂਟ ਲਾਈਕ ਪਾਸਪੋਰਟ। ਅਤੇ ਅਸੀਂ ਭਾਅ ਜੀ ਮਿਸਟਰ ਨੇ ਮਿਸਟਰ ਭਰਤਾ, ਜੇ ਕੋਈ ਮਿਸਿਜ ਆ ਮਿਸ ਆ ਜੋ ਵੀ ਆ ਭਰ ਸਕਦੇ ਹਾਂ। ਭਾਅ ਜੀ ਨੇ ਹੁਣ ਭਰਤਾ ਆਪਣਾ ਫਸਟ ਨੇਮ, ਅੱਗੇ ਪ੍ਰੈਫਰ ਨੇਮ ਕੀ, ਮਤਲਬ ਕਿ ਇਹਨਾਂ ਨੂੰ ਕਿਸ ਨਾਮ ਨਾਲ ਪੁਕਾਰਿਆ ਜਾ ਸਕਦਾ, ਅਤੇ ਆਪਣੀ DOB ਭਰਤੀ ਉਹਨਾਂ ਨੇ ਹੁਣ ਫਸਟ। ਇਹ ਭਾਅ ਜੀ ਤੁਸੀਂ ਸਕਿੱਪ ਕਰ ਦੇਣਾ ਕਿਉਂਕਿ ਤੁਹਾਡਾ ਲਾਸਟ ਨੇਮ ਕੋਈ ਸੀਗਾ ਅਤੇ ਠੀਕ ਕਰਾਇਆ ਸੀ, ਜੇ ਨਹੀਂ ਕਰਾਇਆ ਕਿਸੇ ਨੇ ਤਾਂ ਇਹ ਸਕਿੱਪ ਕਰ ਦੇਣਾ ਕੋਲਮ। ਦੈਨ ਹੁਣ ਆ ਜਾਓ ਭਾਅ ਜੀ ਇਹਦੇ 'ਤੇ, ਇਹ ਜੀ ਇੱਥੇ ਲਿਖਿਆ ਹੈ ਕਰੰਟ ਰੈਜ਼ੀਡੈਂਸ਼ੀਅਲ ਐਡਰੈਸ ਨੋਟ ਆ ਪੋਸਟ ਆਫਿਸ ਬੋਕਸ ਔਰ ਪ੍ਰਾਈਵੇਟ ਬੈਂਕ ਨੰਬਰ, ਰਾਈਟ ਗਾਈ? ਇਹਦੇ ਵਿੱਚ ਸਾਨੂੰ ਨਾ ਕੋਲਜ ਵੱਲੋਂ ਜਾਂ ਉਹਦੇ ਵੱਲੋਂ ਐਡਰੈਸ ਪਰੂਫ ਮਿਲਦਾ ਹੈ, ਇੱਕ ਹੈਗੀ ਹੈ ਕੀ ਕਹਿੰਦੇ ਨੇ ਇਹਨੂੰ, ਸਟੇਟਮੈਂਟ ਆ ਬੈਂਕ ਅਕਾਊਂਟ ਦੀ। ਸੋ ਗਾਈ ਇੱਥੇ ਸਾਰਾ ਮਿਸਟਰ ਸਿਮਰਨ ਸਿੰਘ ਲਿਖਿਆ, ਇਹ ਐਡਰੈਸ ਹੁੰਦਾ ਆ ਸਟੇਟਮੈਂਟ ਦੇ ਉੱਪਰ, ਅਕਾਊਂਟ ਨੰਬਰ ਹੁੰਦਾ ਹੈ ਜਿਹਨੂੰ ਕਿ ਜੰਮ ਸਟਾਰਟ ਕਹਿੰਦੇ ਨੇ। ਅਤੇ ਹੁਣ ਭਾਅ ਜੀ ਉਹੀ ਐਡਰੈਸ ਨਾ ਇੱਥੇ ਭਰਨਾ ਤੁਸੀਂ, ਠੀਕ ਸਪੇਸ ਦੇਣੀ? ਹਾਂ ਦੇਣੀ ਭਾਅ ਜੀ, AVENUE। ਜਿਵੇਂ ਗਾਈਜ਼ ਉਹਨਾਂ ਨੇ ਲਿਖਿਆ ਸੀਗਾ ਕਿ ਇੱਥੇ ਸਟਰੀਟ ਐਡਰੈਸ ਆਉਣਾ ਚਾਹੀਦਾ, ਇੱਥੇ ਸਬਅਬ ਆਏਗਾ ਸਾਡਾ ਭਾਅ ਜੀ ਫੈਂਟਨ ਪਾਰਕ FEN, ਬਸ ਇੱਥੇ ਉੱਪਰ ਸਟਰੀਟ ਐਡਰੈਸ ਨਹੀਂ ਸਟਰੀਟ ਐਡਰੈਸ ਇਹਦਾ ਹੋ ਗਿਆ ਨਾ, ਸਬਅਬ ਇਹਦਾ ਹੋ ਗਿਆ, ਕੰਟਰੀ ਇਹਦਾ ਹੋ ਗਿਆ, ਠੀਕ ਹੈ। ਇੱਥੇ ਫੈਂਟਨ ਪਾਰਕ, ਹਾਂਜੀ FENTON। ਹਾਂਜੀ ਠੀਕ ਆ,
ਦੈਨ ਇੱਥੇ ਤੁਸੀਂ ਲਿਖੋ ਰੋਟੋਰੂਆ ਸਟੇਟ ਲਿਖੋ ਬੇ ਆਫ ਪਲੈਂਟੀ ਬੀ ਏ ਵਾਈ ਪੀ ਏ ਵਾਈ ਬੀ ਏ ਵਾਈ ਆ ਜਾਏਗਾ ਅੱਗੇ ਓ ਐਫ ਪਲੈਂਟੀ ਪੀ ਐਲ ਏ ਐਨ ਟੀ ਵਾਈ ਬੰਨਾ ਭਾਅ ਜੀ ਕੰਟਰੀ ਇੱਥੇ ਲਿਖ ਦਿਓ ਨਿਊਜ਼ੀਲੈਂਡ ਸਪੇਸ ਸਪੇਸ ਹਾਂ ਜੱਡ ਹਾਂ ਓਕੇ ਸੋ ਗਾਈਜ਼ ਇੱਥੇ ਅਸੀਂ ਸਕਿੱਪ ਕਰ ਦੇਣਾ ਦੈਟਸ ਵਾਈ ਕਿਉਂਕਿ ਸਾਡੇ ਕੋਲ ਇਹ ਉਹਨਾਂ ਨੇ ਕਿਹਾ ਕਿ ਇਟਸ ਡਿਫਰੈਂਟ ਫੇਅਰ ਹੀ ਭਰੋ ਕਿਉਂਕਿ ਸਾਡਾ ਸੇਮ ਹੈ ਸੇਮ ਐਜ਼ ਅਬਵ ਇੱਥੇ ਆ ਲਿਖਣ ਦੀ ਲੋੜ ਨਹੀਂ ਆ ਅਤੇ ਪ੍ਰੀਵੀਅਸ ਐਡਰੈਸ ਨੋਟ ਪੋਸਟ ਆਫਿਸ ਸਾਡੇ ਕੋਲ ਪ੍ਰੀਵੀਅਸ ਹੈ ਨਹੀਂ ਸੀ ਦੈਟਸ ਵਾਈ ਹੁਣ ਭਾਅ ਜੀ ਅਸੀਂ ਆਉਂਦੇ ਹਾਂ ਕੰਟੈਕਟ ਨੰਬਰ ਦੇ ਭਾਅ ਜੀ ਆਪਣਾ ਮੋਬਾਈਲ ਨੰਬਰ ਇੰਕਲੂਡਿੰਗ ਏਰੀਆ ਕੋਡ 2562 027 ਇੱਦਾਂ ਕਰਕੇ ਕੁਛ ਹੈਗਾ ਨਾ ਕੋਡ ਕਿੱਦਾਂ 027 ਇਹਦਾ ਇੱਦਾਂ ਆਈ ਡੋਂਟ ਨੋ ਇਹਦੇ ਬਾਰੇ ਮੈਨੂੰ ਪਤਾ ਨਹੀਂ ਨਾ ਭਾਅ ਜੀ ਆਪਣਾ ਨੰਬਰ ਖੋਲਿਓ ਮੈਨੂੰ ਕਿਹਾ ਕਿ ਇੰਕਲੂਡਿੰਗ ਏਰੀਆ ਕੋਡ ਇੱਥੇ 3 ਹੋਈ ਆ ਉਹ ਉਹਨਾਂ ਨੇ ਸਪੈਸ਼ਲ ਮੈਨਸ਼ਨ ਕੀਤਾ ਕਿ ਆਪਣਾ ਏਰੀਆ ਕੋਡ ਦਾ ਮੈਨਸ਼ਨ ਕਰਨਾ 022 ਏਰੀਆ ਕੋਡ ਹੈ ਸਾਡਾ ਅਤੇ ਉਹਨਾਂ ਨੇ ਡੇ ਟਾਈਮ ਈਵਨਿੰਗ ਵੀ ਅਸੀਂ ਤਿੰਨੋਂ ਜਗ੍ਹਾ 'ਤੇ ਇੱਕੋ ਫੋਨ ਨੰਬਰ ਲਿਖਿਆ ਕਿਉਂਕਿ ਅਸੀਂ ਇੱਕੋ ਹੀ ਫੋਨ ਪ੍ਰੈਫਰ ਕਰਾਂਗੇ ਪਰ ਈਮੇਲ ਐਡਰੈਸ ਪਾ ਦਿਓ ਆਪਣਾ ਰੈਡੀ ਹੋ ਗਏ ਹਾਂ ਈਮੇਲ ਲਿਖ ਕੇ ਮੈਨੂੰ ਪੁੱਛਿਆ ਕਿ ਰੀਜ਼ਨ ਫੋਰ ਅਪਲਾਈਂਗ ਕੀ ਹੈ ਕਿਉਂਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਸਟੂਡੈਂਟ ਵੀਜ਼ਾ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਦੈਟਸ ਵਾਈ ਫੋਰ ਇੰਪਲੋਇਮੈਂਟ ਇਨ ਨਿਊਜ਼ੀਲੈਂਡ ਅਗਲਾ ਕੋਲਮ ਹੈ ਜੀ 3 ਨੰਬਰ ਜੋ ਕਿ ਪੈਨ ਕਾਰਡ ਨੰਬਰ ਹੁੰਦਾ ਆ ਇੰਡੀਆ ਦਾ ਇਹ ਭਾਅ ਜੀ ਪੈਨ ਕਾਰਡ ਆ ਠੀਕ ਆ ਪੈਨ ਕਾਰਡ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇੱਥੇ ਆਉਣ ਲਈ ਪੈਨ ਕਾਰਡ ਇੱਥੇ ਫਿਲ ਕਰਕੇ ਦੈਨ ਦੈਨ ਫੰਕਸ਼ਨ ਅਕਾਊਂਟ ਡਿਊ ਇੱਥੇ ਆਪਣਾ ਬੈਂਕ ਬੈਂਕ ਦਾ ਕੋਡ ਲਿਖ ਦੇਣਾ ਬ੍ਰਾਂਚ ਲਿਖ ਦੇਣੀ ਆ ਅਕਾਊਂਟ ਨੰਬਰ ਲਿਖ ਦੇਣਾ ਸਫਿਕਸ 220 ਸਾਡਾ ਉਹੀ ਆ ਕੀ ਕਹਿੰਦੇ ਆ ਉਹਨੂੰ ਜੰਪ ਸਟਾਰਟ ਆ ਜੰਪ ਸਟਾਰਟ ਦੇ ਵਿੱਚ ਚਾਹੀਦੇ ਅਤੇ ਖਾਵਾ ਯੂ ਕਨਫਰਮ ਕਸਟਮਰ ਜੋ ਐਲੀਗੈਂਸੀ ਫੋਟਿੰਗ ਐਂਡ ਇੱਥੇ ਆਪਣਾ ਡਿਟੇਲ ਵਗੈਰਾ ਭਰ ਕੇ ਅਤੇ ਸਿਗਨੇਚਰ ਕਰ ਦੇਣਾ ਇਹ ਹੈ ਕਿ ਤੁਹਾਡਾ ਵੀਜ਼ਾ ਅਪਰੂਵ ਹੋਇਆ ਜੋ ਵੀ ਹੈ ਤੁਸੀਂ ਕੀ ਉਹ ਰਿਪੋਰਟਿੰਗ ਐਂਡ ਰਾਈਟਿੰਗ ਸਾਰਾ ਕੁਝ ਆਫ ਅਤੇ ਠੀਕ ਆ ਬਾਕੀ ਇੱਥੇ ਸਿਗਨੇਚਰ ਕਰਕੇ ਅੱਜ ਦੀ ਡੇਟ ਪਾ ਦੇਣੀ ਆ ਇਫ ਯੂ ਕਨ ਟੈਂਪਰੇਰੀ ਟੈਕਸ ਔਨ ਫੋਰਨ ਇਨਕਮ ਇੱਥੇ ਨੋ ਆਏਗਾ ਪਲੀਜ਼ ਟੇਕ ਅ ਫਿਊ ਸ਼ੋ ਆਰ ਨੋ ਰੈਜ਼ੀਡੈਂਟ ਕੰਟਰੈਕਟਰ ਇਟਸ ਆਈ ਗੈਸ ਡੈਕਲੇਰੇਸ਼ਨ ਅਗੇਨ ਹੈਗਾ ਇੱਥੇ ਫਿਰ ਆਪਣੀ ਸਿਗਨੇਚਰ ਵਗੈਰਾ ਕਰਕੇ ਅਤੇ ਉਹ ਕਰ ਦੇਣਾ ਡੇਟ ਪਾ ਦੇਣੀ ਹੈ ਅਤੇ ਵੈਰੀਫਾਈਡ ਬਾਏ ਵੈਰੀਫਾਈ ਯੂਜ਼ ਓਨਲੀ ਨਹੀਂ ਨਹੀਂ ਇਹ ਉਹਨਾਂ ਦਾ ਹੀ ਅੱਗੇ ਹੈਗਾ ਆ ਪਰ ਬਸ ਹੁਣ ਫੋਟੋ ਪਰੂਫ ਆਫ ਫੋਟੋ ਆਈ ਡੀ ਕਿਉਂਕਿ ਸਾਡੇ ਕੋਲ ਨਿਊਜ਼ੀਲੈਂਡ ਦਾ ਲਾਈਸੈਂਸ ਭਾਅ ਜੀ ਕੋਲ ਨਹੀਂ ਹੈਗਾ ਜੇ ਜਿਹਦੇ ਕੋਲ ਹੈਗਾ ਉਹਦੀ ਐਜ਼ ਏ ਫੋਟੋ ਆਈ ਡੀ ਨਿਊਜ਼ੀਲੈਂਡ ਦੀ ਲੱਗੇਗੀ ਜੇਕਰ ਕਿਸੇ ਕੋਲ ਲਾਈਸੈਂਸ ਨਿਊਜ਼ੀਲੈਂਡ ਦਾ ਨਹੀਂ ਹੈਗਾ ਉਹ ਪਾਸਪੋਰਟ ਆਪਣਾ ਅਟੈਚ ਕਰ ਸਕਦਾ ਕਿਉਂਕਿ ਪਾਸਪੋਰਟ ਸਭ ਤੋਂ ਹੈਵੀ ਡਾਕੂਮੈਂਟ ਉਹਨਾਂ ਦੇ ਬੰਦੇ ਦੀ ਆਈਡੈਂਟੀ ਹੁੰਦੀ ਹੈ ਪਰੂਫ ਆਫ ਐਡਰੈਸ ਇੱਥੇ ਲੱਗੇਗਾ ਬੈਂਕ ਦੀ ਸਟੇਟਮੈਂਟ 3 ਉਹੀ ਪੈਨ ਕਾਰਡ ਦਾ ਜ਼ੈਰੋਕਸ ਕਰਕੇ ਉਹ ਲਗਾਉਣਗੇ ਚਾਈਲਡ ਦਾ ਇੱਥੇ ਕੋਈ ਨਥਿੰਗ ਕੁਛ ਨਹੀਂ ਹੈ ਤੁਸੀਂ ਸੋ ਗਾਈਜ਼ ਇੱਥੇ ਉਹ ਸਟੈਂਪ ਕਰਕੇ ਵੈਰੀਫਾਈ ਕਰ ਦੇਣਗੇ ਸੋ ਗਾਈਜ਼ ਇਹ ਸੀਗਾ ਸਾਡਾ ਅੱਜ ਦਾ ਛੋਟਾ ਜਿਹਾ ਵਲੋਗ ਆਈ ਆਰ ਡੀ ਕਿੱਦਾਂ ਅਪਲਾਈ ਕਰੀਦਾ ਸੋ ਗਾਈਜ਼ ਕਿਸੇ ਨੂੰ ਵਧੀਆ ਲੱਗਿਆ ਹੋਵੇ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਫੀਡਬੈਕ ਤੁਹਾਡੀ ਬਹੁਤ ਜ਼ਰੂਰੀ ਹੈ ਅਗਲੇ ਜੋ ਹੋਰ ਤੁਸੀਂ ਵਲੋਗ ਕਿੱਦਾਂ ਦੇ ਚਾਹੁੰਦੇ ਹੋ ਕਿਹੜੀ ਇਨਫੋਰਮੇਟਿਵ ਵੀਡੀਓ ਚਾਹੁੰਦੇ ਹੋ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਣਾ ਸੋ ਗਾਈਜ਼ ਥੈਂਕ ਯੂ ਸੋ ਮੱਚ ਬੀ ਹੈਪੀ ਪਲੱਸ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਪੇਪਰ ਪਲੱਸ ਕਰਕੇ ਜਗ੍ਹਾ ਹੈਗੀ ਹੈ ਪੋਸਟ ਆਫਿਸ ਹੈਗਾ ਆ ਅਤੇ ਇੱਥੋਂ ਵੀ ਅਪਲਾਈ ਹੁੰਦਾ ਆ ਕੋਈ ਇੰਨਾ ਫਰਕ ਨਹੀਂ ਹੈ ਹੁਣੇ ਆ ਵੀਰ ਭਾਈ ਤੁਹਾਡਾ ਜਦੋਂ ਹੋਇਆ ਸੀਗਾ ਇੱਧਰ ਕੈਮਰੇ 'ਚ ਆਓ ਹੁਣੇ ਤੁਸੀਂ ਅਪਲਾਈ ਕਰਕੇ ਆਏ ਹੋ ਹਾਂਜੀ ਹਾਂਜੀ ਤੇ ਕੀ ਉਹਨਾਂ ਨੇ ਕੀ ਕਹਿੰਦੇ ਕਿ ਕਿੰਨੀ ਦੇਰ ਚ ਆਊਗਾ ਕੀ ਸਾਰਾ ਕਹਿੰਦੇ 7 ਤੋਂ 10 ਦਿਨ ਦੇ ਵਿੱਚ ਆ ਜਾਊਗਾ ਵੇਟ ਕਰੋ ਅੱਛਾ ਅੱਛਾ ਤੇ ਫੀਸ ਕੋਈ ਨਹੀਂ ਲਈ
ਠੀਕ ਆ ਠੀਕ ਆ ਫੀਸ ਕੋਈ ਨਹੀਂ ਲਈ ਉਹਨਾਂ ਨੇ ਜ਼ੈਰੋਕਸ ਦੇ ਪੈਸੇ ਵੀ ਨਹੀਂ ਲਏ ਨਹੀਂ ਕੁਛ ਵੀ ਨਹੀਂ ਹਾਂ ਚਲੋ ਗਾਈਸ ਇੱਕ ਹਫ਼ਤੇ ਦੇ ਅੰਦਰ ਅੰਦਰ ਆ ਜਾਂਦਾ ਕਹਿ ਰਹੇ ਆ ਹੁਣ ਉਹ ਸ਼ਾਇਦ ਸਕੀਮ ਇਹਨਾਂ ਨੇ ਬੰਦ ਕਰਤੀ ਆ ਅਤੇ ਅਸੀਂ ਰੋਟਰੂਆ ਕਾਊਂਟ ਸੈਂਟਰਲ ਮੋਲ ਦੇ ਵਿੱਚ ਹਾਂ ਅਤੇ ਰੋਟਰੂਆ ਦਾ ਤੁਹਾਨੂੰ ਪ੍ਰੋਸੀਜਰ ਦੱਸਿਆ ਬਾਕੀ ਜੇ ਹੋ ਸਕੇਗਾ ਆਪਣੇ ਕੋਲ ਤਾਂ ਹੋਰ ਅਸੀਂ ਹੋਰ ਵੀ ਐਕਸਪਲੋਰ ਕਰਾਂਗੇ ਸੋ ਗਾਈਸ ਧੰਨਵਾਦ ਬਹੁਤ ਬਹੁਤ ਜ਼ਿਆਦਾ ਤੁਹਾਡਾ